किसान मजदूर संघर्ष कमेटी पंजाब वालों कस्बा मल्लावाले के मेन चौंक विच पंजाब सरकार ते मोदी सरकार का पुतला फूकिया गया। केंद्र सरकार वालों कणक के भाव विच कीते नामात्र वादे की कीति सख्त शब्दों विच निंदा। जी हाँ दोस्तों, खबर मल्लावाले तो है। किसान मजदूर संघर्ष कमेटी पंजाब के जिला फिरोजपुर के जोन मल्लावाले के किसानों ने कस्बा मल्लावाले के मेन चौंक विच किसान आगू गुरमेल सिंह फत्तेवाले ते जोन आगू मस्सा सिंह आसवाले की अगवाई विच पंजाब सरकार ते मोदी सरकार का पुतला फूक के जोरदार नारेबाजी की। मल्लावाले तो गौरव भटेजा की विशेष रिपोर्ट। जेकर तुसी साडे चैनल ते नवे हो तो साडे चैनल नूं हुणे सबसक्राइब कर लो तो ऑल बेल आइकन ते क्लिक कर लो। जेकर तुसी फेसबुक पेज ते हो तो फेसबुक पेज नूं फॉलो एंड लाइक जरूर करो ताकि पंजाब ते देश विदेश दी खास खबरां तुहाडे तक पहुंच सकण। सब तों पहलां बने रहो साडे नाल, देखदे रहो साडा चैनल। हाँ जी, आपां प्रधान जी अज किस गल तों मोदी सरकार दा पंजाब सरकार दा पुतला फूक रहे हैं? मैं जी गुरमेल सिंह फत्तेवाला, जिला सकत्तर किसान मजदूर संघर्ष कमेटी पंजाब। अज कस्बा मल्लावाला दे मेन चौंक दे विच असीं पंजाब सरकार ते केंद्र सरकार दा पुतला फूक के जोरदार नारेबाजी कीती आ। ਇਹ ਜਿਹੜਾ ਪੁਤਲਾ ਫੂਕਣ ਦਾ ਸਾਡਾ ਜਿਹੜਾ ਮੁੱਖ ਮਕਸਦ ਆ, ਸਾਡਾ ਪਿਛਲੇ 17 ਦਿਨਾਂ ਤੋਂ ਕਿਸਾਨ ਥਾਣਾ ਜਿਹੜਾ ਦਸੂਆ ਦੇ ਅੱਗੇ ਜਿਹੜਾ ਬੀਬੀ ਰਜਿੰਦਰ ਮਾਤਾ ਰਜਿੰਦਰ ਕੌਰ ਦੇ ਹੱਕ ਦੇ ਵਿੱਚ ਜਿਹੜਾ ਉੱਥੇ ਮੋਰਚਾ ਲੱਗਾ ਹੋਇਆ ਵਾ, ਨਾ ਤਾਂ ਪ੍ਰਸ਼ਾਸਨ ਸੁਣਵਾਈ ਕਰ ਰਿਹਾ ਅਤੇ ਨਾ ਪੰਜਾਬ ਸਰਕਾਰ ਕੋਈ ਗੱਲ ਸੁਣਵਾਈ ਕਰ ਰਹੀ ਆ। ਕਿਉਂਕਿ ਉਹ ਬਜ਼ੁਰਗ ਮਾਤਾ ਜਿਸ ਦੇ ਦੋ ਪੁੱਤਰ, ਇੱਕ 45 ਸਾਲ ਅਤੇ ਇੱਕ 47 ਸਾਲ ਆ, ਉਹਦੇ ਦੋਨੇ ਪੁੱਤਰ ਅੰਨੇ ਆ ਅਤੇ ਅਪਾਹਜ ਆ, 80 ਸਾਲਾ ਬਜ਼ੁਰਗ ਮਾਤਾ ਦੇ ਨਾਲ ਉੱਥੋਂ ਦੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਆਪਣੇ ਬੰਦਿਆਂ ਵੱਲੋਂ ਜਿਹੜਾ ਉੱਥੇ ਉਹਨਾਂ ਦੀ ਇੱਕ ਇੱਕ ਜ਼ਮੀਨ ਦੇ ਉੱਤੇ ਕਬਜ਼ਾ ਕਰਵਾ ਕੇ ਧੱਕੇ ਨਾਲ ਮੱਲ ਲਈ ਆ, ਜਿਸ ਦੇ ਵਿਰੋਧ ਦੇ ਵਿੱਚ ਥਾਣਾ ਦਸੂਹਾ ਦੇ ਅੱਗੇ ਲਗਾਤਾਰ ਜਿਹੜਾ ਧਰਨਾ ਉਹ ਚੱਲ ਰਿਹਾ ਵਾ। ਪਰ ਪੰਜਾਬ ਸਰਕਾਰ ਕੋਈ ਇਨਸਾਫ ਨਹੀਂ ਕਰ ਰਹੀ, ਨਾ ਪੁਲਿਸ ਪ੍ਰਸ਼ਾਸਨ ਨਾ ਮਾਲ ਵਿਭਾਗ ਕੋਈ ਉਹਨਾਂ ਦੀ ਸੁਣਵਾਈ ਕਰ ਰਿਹਾ। ਇਸ ਕਰਕੇ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਥਾਣਾ ਦਸੂਹਾ ਅੱਗੇ ਲੱਗੇ ਧਰਨੇ ਦੀ ਹਮਾਇਤ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ ਪੰਜਾਬ ਸਰਕਾਰ ਦੇ ਵਿਰੁੱਧ, ਅਤੇ ਨਾਲ ਅਸੀਂ ਮੋਦੀ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਵਾ। ਕਿਉਂਕਿ ਕੱਲ੍ਹ ਕੇਂਦਰ ਸਰਕਾਰ ਵੱਲੋਂ ਜਿਹੜਾ ਹਾੜੀ ਦੀਆਂ ਫਸਲਾਂ ਦੇ ਉੱਤੇ, ਜੋ ਕੁਝ ਫਸਲਾਂ ਦੇ ਉੱਤੇ ਭਾਅ ਦੇ ਵਿੱਚ ਵਾਧਾ ਕੀਤਾ ਗਿਆ, ਨਾ ਮਾਤਰ ਵਾਧਾ ਅਸੀਂ ਉਹ ਕਰਾਰ ਦਿੰਦੇ ਹਾਂ। ਕਣਕ ਦੀ ਫਸਲ ਦੇ ਉੱਤੇ 110 ਰੁਪਈਏ ਨਾ ਮਾਤਰ ਵਾਧਾ ਕਰਕੇ ਕਿਸਾਨਾਂ ਦੇ ਨਾਲ ਜਿਹੜਾ ਕੋਝਾ ਮਜ਼ਾਕ ਕੀਤਾ ਗਿਆ ਵਾ, ਅਸੀਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਕੇਂਦਰ ਸਰਕਾਰ ਦੀ, ਨਾਲ ਮੰਗ ਕਰਦੇ ਹਾਂ ਕਿ 3300 ਰੁਪਈਆ ਪ੍ਰਤੀ ਕੁਇੰਟਲ ਕਣਕ ਦਾ ਭਾਅ ਜਿਹੜਾ ਉਹ ਵਧਾ ਜਾਵੇ, ਅਤੇ ਨਾਲ ਇਹੀ ਫਸਲਾਂ ਦਾ ਜਿਹੜਾ ਗਰੰਟੀ ਕਾਨੂੰਨ ਆ ਉਹ ਬਣਾਇਆ ਜਾਵੇ। ਜਿਹੜਾ ਹਲਕਾ ਜੀਰਾ ਦੇ ਵਿਧਾਇਕ ਬਾਰੇ ਤੁਸੀਂ ਕਹਿ ਰਹੇ ਸੀ? ਮੈਂ ਹਲਕਾ ਦਸੂਹਾ ਦੇ ਵਿਧਾਇਕ ਬਾਰੇ ਗੱਲ ਕਰ ਰਿਹਾ, ਕਰਮਵੀਰ ਸਿੰਘ ਘੁੰਮਣ, ਜੋ ਕਿ ਹਲਕਾ ਦਸੂਹਾ ਦੇ ਵਿਧਾਇਕ ਆ। ਉਹਨਾਂ ਵੱਲੋਂ ਜਿਹੜਾ ਮਾਤਾ ਰਜਿੰਦਰ ਕੌਰ ਨਾਲ ਜਿਹੜਾ ਧੱਕੇਸ਼ਾਹੀ ਉਹਨਾਂ ਦੇ ਨਾਲ ਕੀਤੀ ਗਈ ਆ, ਜ਼ਮੀਨ ਇੱਕ ਏਕੜ ਖੋਰੀ ਗਈ ਆ, ਉੱਥੇ ਉੱਥੋਂ ਦੇ ਧਰਨੇ ਦੇ ਜੇ ਲੱਗੇ ਦੇ ਹੱਕ ਦੇ ਵਿੱਚ ਅਸੀਂ ਇਹ ਪੁਤਲਾ ਫੂਕ ਮੁਜ਼ਾਹਰਾ ਕਰ ਰਹੇ ਹਾਂ। ਠੀਕ ਹੈ ਜੀ।